ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਕਰਨ ਸਿੰਘ ਹੈ ਅਤੇ ਮੈਂ ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ ਵਿਖੇ ਦਾ ਵਿਦਿਆਰਥੀ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਬਾਰੇ ਇੱਕ ਸਾਖੀ ਪੇਸ਼ ਕਰਨ ਜਾ ਰਿਹਾ ਹਾਂ। ਸੱਚੀ ਆਰਤੀ ਪਿਆਰ ਨਾਲ ਸਰਵਣ ਕਰਿਓ ਜੀ। ਇੱਕ ਵਾਰ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਗਿਆਨਤਾ ਦਾ ਹਨੇਰਾ ਦੂਰ ਕਰਨ ਲਈ ਅਤੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਜਗਨਨਾਥਪੁਰੀ ਪਹੁੰਚੇ ਤਾਂ ਉੱਥੇ ਜਾ ਕੇ ਉਹਨਾਂ ਨੇ ਸਮੁੰਦਰ ਦੇ ਕੰਢੇ ਆਪਣਾ ਡੇਰਾ ਲਾਇਆ ਅਤੇ ਉਹ ਕੀਰਤਨ ਕਰਨ ਲੱਗ ਪਏ ਅਤੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਇਆ। ਸਾਹਮਣੇ ਮੰਦਰ ਵਿੱਚ ਆਰਤੀ ਦਾ ਸਮਾਂ ਹੋਣ ਵਾਲਾ ਸੀ ਅਤੇ ਸੰਗਤਾਂ ਮੰਦਰ ਵਿੱਚ ਜੁੜਨ ਲੱਗ ਪਈਆਂ, ਪਰ ਗੁਰੂ ਜੀ ਦਾ ਕੀਰਤਨ ਸੁਣ ਕੇ ਸੰਗਤਾਂ ਗੁਰੂ ਜੀ ਵੱਲ ਜੁੜ ਪਈਆਂ ਅਤੇ ਇਹ ਵੇਖ ਕੇ ਕੁਝ ਪੰਡਿਤਾਂ ਅਤੇ ਬ੍ਰਾਹਮਣਾਂ ਨੂੰ ਈਰਖਾ ਹੋਣ ਲੱਗ ਪਈ ਅਤੇ ਉਹ ਗੁਰੂ ਜੀ ਕੋਲ ਜਾ ਕੇ ਕਹਿਣ ਲੱਗੇ, ਆਰਤੀ ਦਾ ਮੰਦਰ ਦੇ ਅੰਦਰ ਆਉਣ ਵਾਲੀ ਹੈ, ਤੁਸੀਂ ਵੀ ਆਰਤੀ ਵਿੱਚ ਸ਼ਾਮਿਲ ਹੋ ਜਾਵੋ। ਅਤੇ ਗੁਰੂ ਜੀ ਚੁੱਪਚਾਪ ਉੱਥੇ ਤੋਂ ਉਹਨਾਂ ਦੇ ਨਾਲ ਚੱਲ ਪਏ। ਉੱਥੇ ਜਾ ਕੇ ਮੰਦਰ ਵਿੱਚ ਉਹਨਾਂ ਨੇ ਦੇਖਿਆ ਕਿ ਇੱਕ ਸੁਨਹਿਰੇ ਥਾਲ ਵਿੱਚ ਹੀਰੇ ਮੋਤੀ ਜੜੇ ਹੋਏ ਹਨ। ਚੌਂ ਬੱਟਿਆਂ ਵਾਲਾ ਦੀਵਾ ਬਲ ਰਿਹਾ, ਹਵਾ ਚੌਂਕ ਕਰ ਰਹੀ ਹੈ, ਧੂਪ ਬਲ ਰਹੀ ਹੈ ਅਤੇ ਸੰਗਤਾਂ ਭਜਨ ਕੀਰਤਨ ਗਾ ਰਹੀਆਂ ਹਨ। ਇਹ ਸਭ ਵੇਖ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮੰਦਰ ਤੋਂ ਬਾਹਰ ਆ ਕੇ ਬੈਠ ਗਏ ਅਤੇ ਜਦੋਂ ਆਰਤੀ ਖਤਮ ਹੋਈ ਤਾਂ ਸਾਰਿਆਂ ਨੇ ਪੁੱਛਿਆ ਕਿ ਤੁਸੀਂ ਇੱਥੇ ਬੈਠੇ ਕੀ ਕਰ ਰਹੇ ਹੋ। ਗੁਰੂ ਜੀ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ, ਅਸੀਂ ਤਾਂ ਬਾਹਰ ਬੈਠੇ ਆਰਤੀ ਕਰ ਰਹੇ ਸੀ। ਅਤੇ ਉਹਨਾਂ ਨੇ ਪੁੱਛਿਆ ਕਿ ਆਰਤੀ ਤਾਂ ਮੰਦਰ ਦੇ ਅੰਦਰ ਹੋ ਰਹੀ ਸੀ ਅਤੇ ਗੁਰੂ ਜੀ ਨੇ ਦੱਸਿਆ ਕਿ ਉਹ ਸੱਚੇ ਪਰਮਾਤਮਾ ਦੀ ਆਰਤੀ ਹਰ ਸਮੇਂ ਹਰ ਵੇਲੇ ਹਰ ਜਗ੍ਹਾ 'ਤੇ ਹੋ ਰਹੀ ਹੈ। ਜਗਤ ਦਾ ਨਾਥ ਉਹੀ ਹੈ ਜਿਸਨੇ ਸਾਰੇ ਜਗ ਨੂੰ ਰਚਿਆ ਹੈ। ਅਤੇ ਉਹਨਾਂ ਟਾਈਮ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਕਦੇ ਵੀ ਸਾਨੂੰ ਮੂਰਤੀ ਪੂਜਾ ਨਹੀਂ ਕਰਨੀ ਚਾਹੀਦੀ, ਕਿਉਂਕਿ ਮੂਰਤੀ ਪੂਜਾ ਇੱਕ ਕਲਾਕਾਰ ਦੀ ਰਚਨਾ ਹੈ, ਮੂਰਤੀ ਕਲਾਕਾਰ ਦੀ ਕਲਾਕਾਰੀ ਹੈ। ਇਸ ਲਈ ਸਾਨੂੰ ਮੂਰਤੀ ਦੀ ਪੂਜਾ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਰਿਆਂ ਦੀ ਆਪਣੀ ਆਪਣੀ ਅਲੱਗ ਅਲੱਗ ਸੋਚ ਹੁੰਦੀ ਹੈ। ਇਸ ਲਈ ਸਾਨੂੰ ਸੱਚੇ ਪਰਮਾਤਮਾ ਦੀ ਆਰਤੀ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਉਹਨਾਂ ਨੇ ਉੱਥੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣ ਲਈ ਇਸ਼ਾਰਾ ਕੀਤਾ ਅਤੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਇਆ ਅਤੇ ਉੱਥੇ ਉਹਨਾਂ ਨੇ ਧਨਾਸਰੀ ਰਾਗ ਵਿੱਚ ਇੱਕ ਸ਼ਬਦ ਉਚਾਰਨ ਕੀਤਾ, ਗਗਨ ਮੈਂ ਥਾਲ ਰਵੀ ਚੰਦ ਦੀਪਕ ਬਨੇਤਾ ਮੰਡਲ ਜਨਕ ਮੋਤੀ। ਇਹ ਸ਼ਬਦ ਪੂਰਾ ਕਰਨ ਤੋਂ ਬਾਅਦ ਗੁਰੂ ਜੀ ਨੇ ਉੱਥੇ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਸਾਨੂੰ ਕਦੇ ਵੀ ਮੂਰਤੀ ਪੂਜਾ ਨਹੀਂ ਕਰਨੀ ਚਾਹੀਦੀ। ਅਤੇ ਉਸ ਤੋਂ ਬਾਅਦ ਇਹਨਾਂ ਨੇ ਇਕੱਲੇ ਇਕੱਲੇ ਅੱਖਰ ਗੁਰੂ ਜੀ ਨੇ ਉਹਨਾਂ ਨੂੰ ਸਮਝਾਏ ਅਤੇ ਸਾਰੇ ਲੋਕਾਂ ਨੇ ਉਹਨਾਂ ਅਰਥਾਂ ਨੂੰ ਨਾ ਸਮਝਿਆ। ਗੁਰੂ ਜੀ ਨੇ ਦੱਸਿਆ ਕਿ ਜਿਹੜਾ ਗਗਨ ਹੈ ਉਹ ਇੱਕ ਥਾਲ ਹੈ, ਕਿਉਂਕਿ ਪਰਮੇਸ਼ਵਰ ਦੀ ਆਰਤੀ ਜੋ ਸੱਚਾ ਪਰਮਾਤਮਾ ਉਸਦੀ ਆਰਤੀ ਬਹੁਤ ਵੱਡੇ ਥਾਲ ਵਿੱਚ ਹੋ ਸਕਦੀ ਹੈ, ਉਹ ਪਰਮੇਸ਼ਵਰ ਦੀ ਆਰਤੀ ਛੋਟੇ ਥਾਲ ਵਿੱਚ ਨਹੀਂ ਹੋ ਸਕਦੀ। ਅਤੇ ਸੱਚਾ ਪਰਮਾਤਮਾ ਉਹੀ ਹੈ ਜਿਸ